हमें शुरू करते ही बस यहाँ फट के खड़ जा मगर ले सर वीडियो बन रही है कुछ नहीं मरे सर तो इसको पैन कर लिया नहीं सर हाँ बोल ना मरा अब ले लाएंगे रोलिंग रेडी साइलेंस साइलेंस रोलिंग ਮਹੱਤਤਾ ਨੂੰ ਫੋਕਸ ਕਰਦੇ ਹੋਏ ਇਸ ਸਮੇਂ ਅਸੀਂ ਅੱਜ ਮੋਗਾ ਜ਼ਿਲ੍ਹਾ ਦੇ ਚੰਦ ਨਵਾਂ ਪਿੰਡ ਦੇ ਵਿੱਚ ਔਰ ਇਸ ਸਮੇਂ ਅਸੀਂ ਹਾਈ ਸਕੂਲ ਦੇ ਵਿੱਚ ਖੜ੍ਹੇ ਹਾਂ ਔਰ ਮੇਰੇ ਨਾਲ ਸਰਦਾਰ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਬਹੁਤ ਸਾਰੇ ਮਾਨ ਸਨਮਾਨਾਂ ਦੇ ਨਾਲ ਨਿਵਾਜਿਆ ਔਰ ਹਾਲ ਹੀ ਦੇ ਵਿੱਚ ਇਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਨੈਸ਼ਨਲ ਸਾਇੰਸ ਡੇ ਔਰ ਮੋਬਾਈਲ ਕਾਰਡ ਲੈ ਕੇ ਆਏ ਨੇ ਜਿਹਦੇ ਵਿੱਚ ਮੋਬਾਈਲ ਪ੍ਰਯੋਗਸ਼ਾਲਾ ਹੈ ਸਾਇੰਸ ਦੇ ਬਾਰੇ ਦੇ ਵਿੱਚ ਔਰ ਇਹਨਾਂ ਨੇ ਵਿਦਿਆਰਥੀਆਂ ਨੂੰ ਸਾਇੰਸ ਦੇ ਬਹੁਤ ਅੱਛੇ ਨੁਕਤੇ ਦੱਸੇ ਨੇ ਬਹੁਤ ਅੱਛੇ ਪ੍ਰਯੋਗ ਦੱਸੇ ਨੇ ਅੱਜ ਸਰ ਅਸੀਂ ਤੁਹਾਡੇ ਕੋਲ ਇਸ ਮੋਬਾਈਲ ਕਾਰਡ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਮੈਂ ਇੱਥੇ ਦੱਸਣਾ ਚਾਹਾਂਗਾ ਸਾਰੀ ਟੀਮ ਨੂੰ ਕਿ ਜੋ ਇਹ ਮੋਬਾਈਲ ਪ੍ਰਯੋਗਸ਼ਾਲਾ ਮੈਂ ਆਪਣੇ ਵੱਲੋਂ ਕੀਤੀ ਹੈ ਇਸ ਦਾ ਮੁੱਖ ਮਕਸਦ ਮੇਰਾ ਇਹ ਰਿਹਾ ਕਿ ਬੱਚੇ ਆਉਂਦੇ ਆ ਅਤੇ ਇਸ ਪ੍ਰਯੋਗਸ਼ਾਲਾ ਨੂੰ ਚਿੰਬੜ ਜਾਂਦੇ ਆ ਤਾਂ ਮੈਨੂੰ ਬਹੁਤ ਆਨੰਦ ਆਉਂਦਾ ਵੀ ਮੈਂ ਜਦੋਂ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਪ੍ਰਯੋਗ ਕਰਾ ਕੇ ਦਿਖਾਉਂਦਾ ਪ੍ਰਯੋਗ ਕੀ ਹੈ ਕਿ ਮੇਰੀ ਇਸ ਪੂਰੀ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਦੇ ਵਿੱਚ 100 ਐਕਸਪੈਰੀਮੈਂਟ ਹੈ ਜਿਸਦੇ ਨਾਲ 50 ਐਕਸਪੈਰੀਮੈਂਟ ਆ ਜਿਹੜੇ ਸਾਇੰਸ ਨਾਲ ਸੰਬੰਧਿਤ ਹੈ ਅਤੇ 50 ਗਣਿਤ ਵਿਸ਼ੇ ਨਾਲ ਸੰਬੰਧਿਤ ਹੈ ਅਤੇ ਜਦੋਂ ਮੈਂ ਗਣਿਤ ਵਿਸ਼ੇ ਦੀ ਗੱਲ ਕਰਦਾ ਕਿ ਇੱਕ ਬਟਨ ਇੱਕ ਸਕ੍ਰਿਪਟ ਨੂੰ ਦੱਬਦੇ ਹੀ ਬੱਚਾ ਜਿਹੜਾ ਹੈ ਉਸ ਸਵਾਲ ਦੇ ਜਵਾਬ ਤੱਕ ਪਹੁੰਚ ਜਾਂਦਾ ਹੈ ਇਸ ਤਰ੍ਹਾਂ ਹੀ ਮੇਰੇ ਕੋਲ ਸੋਲਰ ਡਿਵਾਈਸ ਹੈ ਔਰ ਸੋਲਰ ਡਿਵਾਈਸ ਦੇ ਵਿੱਚ ਸੋਲਰ ਜਿਹੜਾ ਹੈ ਵਾਟਰ ਪੰਪ ਹੈ ਸੋਲਰ ਫੈਨ ਹੈ ਪੱਖਾ ਚੱਲ ਰਿਹਾ ਹੈ ਸੂਰਜ ਦੀਆਂ ਕਿਰਨਾਂ ਦੇ ਨਾਲ ਸੋਲਰ ਗੀਜ਼ਰ ਹੈ ਪਾਣੀ ਗਰਮ ਦੇ ਰਿਹਾ ਸੋਲਰ ਕੁੱਕਰ ਹੈ ਅਤੇ ਟੈਲੀਸਕੋਪ ਹੈ ਮਾਈਕਰੋਸਕੋਪ ਹੈ ਇਸ ਤਰ੍ਹਾਂ ਦੇ ਆਬਜੈਕਟਸ ਹੈ ਜਿਹੜੇ ਹੋਰ ਐਕਸਪੈਰੀਮੈਂਟਸ ਹੈ ਉਹ ਮੈਂ ਕਰਾਉਂਦਾ ਅਤੇ ਜਿਹੜੀਆਂ ਇਹ ਕਿਰਨਾਂ ਨਜ਼ਰ ਨਹੀਂ ਆਉਂਦੀਆਂ ਉਹ ਕਿਰਨਾਂ ਕਿਸ ਤਰ੍ਹਾਂ ਬੱਚਿਆਂ ਨੂੰ ਨਜ਼ਰ ਆ ਜਾਂਦੀਆਂ ਵਿਦ ਦ ਹੈਲਪ ਆਫ ਲੇਜ਼ਰ ਇਸ ਤਰ੍ਹਾਂ ਹੀ ਪ੍ਰੈਸ਼ਰ ਦੇ ਐਕਸਪੈਰੀਮੈਂਟ ਬੇਸਡ ਕੋਰਸ ਤੋਂ ਕਰਵਾਏ ਜਾਂਦੇ ਹੈ ਜਿਹੜੇ ਐਕਸਪੈਰੀਮੈਂਟਸ ਹੈ ਸਾਡੇ ਕੋਲ ਕਿ ਰਾਕਟ ਕਿਵੇਂ ਚੜ੍ਹਦਾ ਹੈ ਨਿਊਟਨ ਦਾ ਲਾਅ ਹੈ ਪਾਸਕਲ ਦਾ ਲਾਅ ਹੈ ਬਰਨੌਲੀ ਪ੍ਰਿੰਸੀਪਲ ਹੈ ਆਰਕਿਮਿਡੀਜ਼ ਪ੍ਰਿੰਸੀਪਲ ਹੈ ਛੋਟੇ ਛੋਟੇ ਚੀਜ਼ਾਂ ਦੇ ਨਾਲ ਜਿਹੜੇ ਲਾਅਜ਼ ਹੈ ਉਹ ਮੈਂ ਇੱਥੇ ਐਕਸਪਲੇਨ ਕਰਕੇ ਦਿਖਾਉਂਦਾ ਔਰ ਜੋ ਉਹਨਾਂ ਦੀ ਥਿਊਰੀ ਹੈ ਪ੍ਰੈਕਟੀਕਲ ਨੌਲੇਜ ਹੈ ਉਸ ਤੋਂ ਹਟ ਕੇ ਪ੍ਰੈਕਟੀਕਲੀ ਜੋ ਆਪਣੇ ਹੱਥਾਂ ਦੇ ਨਾਲ ਉਹ ਕਰਦੇ ਹੈ ਤਾਂ ਉਹ ਜਦੋਂ ਆਪਣੇ ਹੱਥਾਂ ਦੇ ਨਾਲ ਉਸ ਪ੍ਰਯੋਗ ਨੂੰ ਕਰਕੇ ਦੇਖਦੇ ਹੈ ਤਾਂ ਵਾਕਈ ਆਨੰਦ ਮਹਿਸੂਸ ਕਰਦੇ ਹੈ ਜਿਸ ਤਰ੍ਹਾਂ ਕਿ ਚੁੱਕੀ ਪ੍ਰਯੋਗ ਕਰਾਏ ਜਾਂਦੇ ਹੈ ਔਰ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ਭਾਖੜਾ ਡੈਮ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਉੱਥੇ ਬਿਜਲੀ ਪੈਦਾ ਕਰਨ ਦਾ ਸਿਧਾਂਤ ਕੀ ਹੈ ਉਸ ਸਿਧਾਂਤ ਨੂੰ ਜਦੋਂ ਬੱਚਿਆਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਇੰਡਿਊਸਡ ਕਰੰਟ ਕਿਸ ਨੂੰ ਕਿਹਾ ਜਾਂਦਾ ਹੈ ਇੰਡਿਊਸਡ ਕਰੰਟ ਕੀ ਹੈ ਕਿਵੇਂ ਤਾਂਬੇ ਦੀਆਂ ਤਾਰਾਂ ਦੇ ਵਿੱਚ ਜਦੋਂ ਚੁੰਬਕੀ ਖੇਤਰ ਦੇ ਰਾਹੀਂ ਚੁੰਬਕ ਦੇ ਰਾਹੀਂ ਗੇੜੇ ਦਿੱਤੇ ਜਾਂਦੇ ਆ ਤਾਂ ਬਿਜਲੀ ਪੈਦਾ ਹੋ ਜਾਂਦੀ ਹੈ ਜਿਵੇਂ ਨੀ ਕੋਈ ਇੱਧਰ ਨੂੰ ਹੋਇਆ ਗੱਡੀ ਚਲ ਮੇਰੀ ਬਣਾਈ ਇਹ ਜਿਸ ਤਰ੍ਹਾਂ ਮੈਂ ਚਲੋ ਜੀ ਹੈ ਮਾਣ ਲੋਕ ਲੰਗਰ ਲੈਣਾ ਕਰ ਜਿਸ ਤਰ੍ਹਾਂ ਸੂਰਜੀ ਵਾਟਰ ਪੰਪ ਹੈ ਸੂਰਜ ਦੀਆਂ ਕਿਰਨਾਂ ਦੇ ਜਦੋਂ ਇਸ ਦੇ ਉੱਤੇ ਪੈਂਦੀਆਂ ਸੋਲਰ ਪੈਨਲ ਲਾਇਆ ਹੋਇਆ ਸੀ ਔਰ ਸੋਲਰ ਪੈਨਲ 'ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਇਹ ਵਾਟਰ ਨੂੰ ਪੰਪ ਆਊਟ ਕਰ ਰਿਹਾ ਤੁਸੀਂ ਇੱਥੇ ਦੇਖ ਰਹੇ ਹੋਵੋਗੇ ਕਿ ਪਾਣੀ ਕਿਵੇਂ ਬਾਹਰ ਆ ਰਿਹਾ ਇਸ ਤਰ੍ਹਾਂ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਉਹ ਬਾਹਰ ਕੱਢਿਆ ਸੋਲਰ ਗੀਜ਼ਰ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਸੋਲਰ ਗੀਜ਼ਰ ਜਿਹੜਾ ਹੈ ਪਾਣੀ ਨੂੰ ਸਹਿਜੇ ਗਰਮ ਕਰਦੇ ਜਦੋਂ ਅਸੀਂ ਇੱਧਰੋਂ ਠੰਡਾ ਪਾਣੀ ਪਾਉਂਦੇ ਹਾਂ ਤਾਂ ਉਸ ਸਾਈਡ ਦੇ ਉੱਤੇ ਸਾਡੇ ਕੋਲ ਜਿਹੜਾ ਉਹ ਗਰਮ ਪਾਣੀ ਹੈ ਜਿਹੜਾ ਬਾਹਰ ਆਉਣ ਲੱਗ ਜਾਂਦਾ ਤਾਂ ਤੁਸੀਂ ਦੇਖ ਰਹੇ ਹੋ ਕਿ ਉਹ ਜਿਹੜਾ ਗਰਮ ਪਾਣੀ ਹੈ ਉਹ ਬਾਹਰ ਆ ਰਿਹਾ ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਡਿਵਾਈਸਿਸ ਹੈ ਇਸ ਤਰ੍ਹਾਂ ਸਾਡੇ ਕੋਲ ਸੋਲਰ ਫੈਨ ਹੈ ਉਹਨੂੰ ਫੜ ਲਓ ਕਲੋਜ਼ ਅਪ ਉੱਥੇ ਲੈ ਲਾ ਬਸ ਪੱਖੇ ਲੈ ਲਾ ਜੇ ਮੈਂ ਇੱਥੇ ਸੋਲਰ ਫੈਨ ਦੀ ਗੱਲ ਕਰਦਾ ਤਾਂ ਇਹ ਜਿਹੜਾ ਸੋਲਰ ਫੈਨ ਹੈ ਸੂਰਜ ਦੀਆਂ ਕਿਰਨਾਂ ਦੇ ਨਾਲ ਚੱਲ ਰਿਹਾ ਹੈ ਹਾਂ ਤੁਹਾਡੀ ਫਿਰ ਵਿੱਚ ਡਿਸਟੈਂਸ ਬਹੁਤ ਹੁੰਦੀ ਹੈ
ਇਸ ਤਰ੍ਹਾਂ ਸੂਰਜ ਦੇ ਨਾਲ ਚੱਲਣ ਵਾਲੀਆਂ ਜਿਹੜੀਆਂ ਡਿਵਾਈਸਿਸ ਆ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਯੂਜ਼ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਕੋਲ ਇੱਕ ਐਸਾ ਸਰੋਤ ਹੈ ਸੂਰਜੀ ਊਰਜਾ ਜਿਹੜਾ ਕਿ ਅਸੀਂ ਇਸ ਨੂੰ ਅਲਟੀਮੇਟ ਸੋਰਸ ਆਫ ਐਨਰਜੀ ਕਹਿ ਕੇ ਮੰਨ ਰਹੇ ਹਾਂ ਔਰ ਇਸ ਦਾ ਸਾਨੂੰ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਓਕੇ ਬਹੁਤ ਇਹ ਜਦੋਂ ਅਸੀਂ ਗੱਲ ਕਰ ਇਹ ਜਦੋਂ ਅਸੀਂ ਗੱਲ ਕਰਦੇ ਹਾਂ ਸੂਖਮ ਦਰਸ਼ੀ ਦੀ ਗੱਲ ਕਰਦੇ ਹਾਂ ਮਾਈਕਰੋਸਕੋਪ ਦੀ ਗੱਲ ਕਰਦੇ ਹਾਂ ਕਿ ਮਾਈਕਰੋਸਕੋਪ ਕਿਵੇਂ ਕੰਮ ਕਰਦੀ ਹੈ ਇਹਦਾ ਸਿਧਾਂਤ ਕੀ ਹੈ ਸਾਡੇ ਕੋਲ ਤਾਂ ਇਸ ਸਿਧਾਂਤ ਨੂੰ ਮੈਂ ਸਹਿਜੀ ਸਪਸ਼ਟ ਕਰਨ ਦੇ ਲਈ ਇੱਕ ਬੂੰਦ ਜਿਹੜੀ ਹੈ ਪਾਣੀ ਦੀ ਇਸ ਸ਼ੀਸ਼ੇ ਦੇ ਉੱਤੇ ਪਾਉਣਾ ਔਰ ਇਸ ਸ਼ੀਸ਼ੇ ਦੇ ਉੱਤੇ ਇੱਕ ਬੂੰਦ ਪਾਣੀ ਦੀ ਪਾਉਣ ਤੋਂ ਬਾਅਦ ਜੇ ਮੈਂ ਇਸ ਦੇ ਅੱਖਰ ਪੜ੍ਹਦਾ ਇਸ ਦੇ ਉੱਤੇ ਤਾਂ ਉਹ ਅੱਖਰ ਮੈਨੂੰ ਵੱਡੇ ਦਿਖਾਈ ਦਿੰਦੇ ਆ ਤਾਂ ਛੋਟੀ ਚੀਜ਼ ਨੂੰ ਜਿਹੜਾ ਵੱਡਾ ਕਰਕੇ ਦਿਖਾ ਰਹੀ ਹੈ ਉਸ ਨੂੰ ਅਸੀਂ ਸੂਖਮਦਰਸ਼ੀ ਕਹਿੰਦੇ ਹਾਂ ਤਾਂ ਸਹਿਜੇ ਬੱਚਿਆਂ ਨੂੰ ਸਮਝ ਆ ਜਾਂਦੀ ਹੈ ਕਿ ਸੂਖਮਦਰਸ਼ੀ ਕਿਸ ਨੂੰ ਕਿਹਾ ਜਾਂਦਾ ਇਸ ਤਰ੍ਹਾਂ ਜਿੱਥੇ ਮਾਈਕਰੋਸਕੋਪ ਦੀ ਗੱਲ ਕੀਤੀ ਹੈ ਉੱਥੇ ਮੈਂ ਤੁਹਾਨੂੰ ਹੁਣ ਟੈਲੀਸਕੋਪ ਦਿਖਾਉਣ ਜਾ ਰਿਹਾ ਟੈਲੀਸਕੋਪ ਕੀ ਹੈ ਕਿ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਕਰਨ ਦਾ ਕੰਮ ਕਰਦੀ ਹੈ ਇਸ ਟੈਲੀਸਕੋਪ ਦੇ ਵਿੱਚ ਮੇਰੇ ਕੋਲ 1 ਕਿਲੋਮੀਟਰ ਦੀ ਰੇਂਜ ਹੈ ਔਰ ਜਿਸ ਦੇ ਨਾਲ ਕਿ ਮੈਂ ਉਹ ਦੂਰ ਤੱਕ ਦਰਖਤਾਂ ਦੀਆਂ ਟਹਿਣੀਆਂ ਦੇ ਲੱਗੇ ਹੋਏ ਪੱਤਿਆਂ ਨੂੰ ਵੀ ਗਿਣਤੀ ਦੇ ਵਿੱਚ ਲਿਆ ਸਕਦਾ ਇਸ ਤਰ੍ਹਾਂ ਇਹ ਜਿਹੜੀ ਹੈ ਸਾਡੇ ਕੋਲ ਦੂਰਬੀਨ ਜਿਸ ਨੂੰ ਕਿਹਾ ਜਾਂਦਾ ਹੈ ਟੈਲੀਸਕੋਪ ਉਹ ਸਾਡੇ ਕੋਲ ਕੰਮ ਕਰ ਰਹੀ ਹੈ।